ਸਪਨਾ ਹੁੰਦਾ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਔਰ ਇਹ ਬਹੁਤ ਸਾਰੀਆਂ ਗੱਲਾਂ ਮੈਨੂੰ ਜਨਮਨ ਲੱਗੀਆਂ ਸੀ ਤੇ ਇਸ ਕਰਕੇ ਉਹਨੂੰ ਸਪੋਰਟ ਕੀਤਾ ਸੀ ਕਿਉਂਕਿ ਉਹਦੀ ਵਾਈਫ ਦੀ ਸਟੇਟਮੈਂਟ ਨੇ ਲਿਖੀ ਸੀ ਅੱਜ ਵਾਈਫ ਨੂੰ ਬੁਲਾਇਆ ਗਿਆ ਸੀ ਅੱਜ ਉਹ ਆਏ ਪਹਿਲੇ ਵਾਈਫ ਨੂੰ ਹੀ ਸੁਣਿਆ ਗਿਆ ਤੇ ਜਿਹੜੀਆਂ ਕੁਛ ਸ਼ਿਕਾਇਤਾਂ ਸੀ ਕਿ ਟਾਈਮਿੰਗ ਨੂੰ ਲੈ ਕੇ ਕਿ ਹੁੰਦਾ ਇੱਕ ਅਗਰੈਸ਼ਨ ਨਿਕਲ ਕੇ ਲੈਂਬਰ ਦਾ ਫੈਮਲੀ ਉੱਤੇ ਆਉਂਦਾ ਉਹਦੀ ਵਾਈਫ ਦੀ ਕਾਊਂਸਲਿੰਗ ਥੋੜ੍ਹੀ ਕੀਤੀ ਗਈ ਕਿ ਜਦੋਂ ਇਨਸਾਨ ਇੱਕ ਇਹੋ ਜਿਹੇ ਪ੍ਰੋਫੈਸ਼ਨ ਵਿੱਚ ਹੁੰਦਾ ਕੋਵਿਡ ਦੀ ਸਿਚੁਏਸ਼ਨ ਨੇ ਸਟ੍ਰੈਸ ਵਧਿਆ ਹੋਇਆ ਹੋਵੇ ਉਹਨਾਂ ਚੀਜ਼ਾਂ ਕੰਪੀਟੀਸ਼ਨ ਇੰਨਾ ਵੱਧ ਗਿਆ ਉਸ ਪ੍ਰੋਫੈਸ਼ਨ ਵਿੱਚ ਵੀ ਸਿੰਗਿੰਗ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਥੋੜ੍ਹਾ ਜਿਹਾ ਸਮਝਾਇਆ ਗਿਆ ਕਿ ਕਈ ਵਾਰੀ ਚੀਜ਼ਾਂ ਇਹ ਪਾਰਟ ਇੰਡੀਅਨ ਫੈਮਿਲੀ ਦਾ ਇੱਕ ਹਿੱਸਾ ਹੈ ਕਿ ਅੱਜ ਵੀ ਚੀਜ਼ਾਂ ਨਿਕਲ ਕੇ ਆਉਂਦੀ ਸਮਝਾਇਆ ਬੜੀ ਖੁਸ਼ੀ ਉਸ ਚੀਜ਼ਾਂ ਨੂੰ ਸਮਝੀ ਮੇਨ ਜਿਹੜਾ ਕੰਸਰਨ ਸੀ ਰਿਸ਼ਤੇਦਾਰਾਂ ਨੂੰ ਲੈ ਕੇ ਸੀ ਜਿਸ ਕਰਕੇ ਚੀਜ਼ਾਂ ਇਹਨਾਂ ਹਸਬੈਂਡ ਵਾਈਫ ਔਰ ਬੱਚੇ ਫੇਸ ਰਹੇ ਸਨ ਬੱਚਿਆਂ ਨੂੰ ਮੈਂ ਪੁੱਛਿਆ ਕਿ ਕਿਆ ਪਾਪਾ ਮਾਰਦੇ ਕੁੱਟਦੇ ਨੇ ਬੱਚੇ ਕਹਿੰਦੇ ਸੀ ਪੜ੍ਹਾਈ ਨੂੰ ਲੈ ਕੇ ਕਿ ਸਾਰਾ ਦਿਨ ਆਨਲਾਈਨ ਕਲਾਸਿਸ ਹੋ ਰਹੀਆਂ ਨੇ ਮੋਬਾਈਲ ਤੇ ਉਹ ਲੈਂਬਰ ਨੂੰ ਸਮਝਾ ਦਿੱਤਾ ਗਿਆ ਕਿ ਟਾਈਮ ਹੀ ਇੱਦਾਂ ਦਾ ਆਨਲਾਈਨ ਹੀ ਸਾਰਾ ਕੁਝ ਚੱਲ ਰਿਹਾ ਤੇ ਬਾਕੀ ਰਿਸ਼ਤੇਦਾਰਾਂ ਦੀ ਐਂਟਰੀ ਸਟ੍ਰਿਕਟਲੀ ਬੈਨ ਕਰ ਦਿੱਤੀ ਗਈ ਹੈ ਮੈਂ ਕੀ ਲੱਗਦਾ ਹੁਣ ਕੌਣ ਰਿਸ਼ਤੇਦਾਰ ਸੀ ਜਿਹਨਾਂ ਦੇ ਕਰਕੇ ਹੋ ਰਿਹਾ ਸੀ ਸਾਲੀਆਂ ਲੈਂਬਰ ਦੀ ਤੇ ਉਹਦੀ ਵਾਈਫ ਨੂੰ ਸਮਝਾਇਆ ਕਿ ਅਲਟੀਮੇਟਲੀ ਤੁਹਾਡੀ ਲਾਈਫ ਤੁਹਾਡੇ ਬੱਚੇ ਔਰ ਤੁਹਾਡੀ ਹਸਬੈਂਡ ਵੀ ਨੇ ਤੁਹਾਡੀ ਦੁਨੀਆ ਜ਼ਿੰਦਗੀ ਇਹੋ ਹੀ ਹੈ ਤੇ ਉਹਦੀ ਵਾਈਫ ਨੇ ਐਗਰੀ ਕੀਤਾ ਉਹਨਾਂ ਨੂੰ ਬਾਰ ਬਾਰ ਆਪਾਂ ਇਹ ਵੀ ਪੁੱਛਿਆ ਕਿ ਕਿਆ ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਮੈਂ ਕਾਉਂਸਲਿੰਗ ਕਰ ਰਹੀ ਹਾਂ ਕਿ ਤਾਂ ਤੁਸੀਂ ਸਹਿਮਤ ਹੋ ਗਏ ਹੋ ਹਾਰ ਮੰਗਵਾ ਕੇ ਉਹਨਾਂ ਨੂੰ ਹਾਰ ਪੁਆਏ ਗਏ ਐਗਰੀ ਕੀਤਾ ਦੋਨਾਂ ਨੇ ਤੇ ਮੈਨੂੰ ਇੱਕ ਬੜਾ ਪੋਜ਼ਿਟਿਵ ਦੇਖਿਆ ਕਿ ਸ਼ਾਇਦ ਇਹ ਪਾਣੀ ਵਿੱਚ ਮਧਾਨੀ ਮਾਰੀ ਜਾ ਰਹੀ ਹੈ ਪਰਿਵਾਰ ਬਿਖਰ ਜਾਂਦਾ ਜੇ ਆਪਾਂ ਇੰਫਲੂਐਂਸ ਨਾ ਕਰਦੇ ਵਿੱਚੇ ਤੇ ਖੁਸ਼ੀ ਇਹ ਦੋਨਾਂ ਨੇ ਐਗਰੀ ਕੀਤਾ ਸਹਿਮਤੀ ਨਾਲ ਦੋਨਾਂ ਤੋਂ ਲਿਖਵਾ ਲਿਆ ਗਿਆ ਰਿਸ਼ਤੇਦਾਰਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਕਿ ਇੱਕ ਪਰਿਵਾਰ ਟੁੱਟੇ ਨਾ ਜਿਹੜੀਆਂ ਇੰਡੀਅਨ ਔਰਤਾਂ ਹੁੰਦੀਆਂ ਨੇ ਨਾ ਮਾਇਕੇ ਦੀ ਇਨਫਲੂਐਂਸ ਚਾਹੇ ਮੈਂ ਹੋਵਾਂ ਬਹੁਤ ਜਲਦੀ ਆ ਜਾਂਦੀਆਂ ਨੇ ਉਹਨਾਂ ਦੇ ਨਾ ਇਸ ਚੀਜ਼ ਦਾ ਬੜਾ ਫਰਕ ਪੈਂਦਾ ਤੇ ਅੱਜ ਦੀ ਜਿਹੜੀ ਸਮਾਰਟ ਔਰਤ ਤੇ ਉਹਨੂੰ ਚਾਹੀਦਾ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਰੇ ਆਪਣੀ ਪ੍ਰਾਇਓਰਿਟੀ ਆਪਣੀ ਪ੍ਰਾਇਓਰਿਟੀ ਦੇਖੇ ਲੈਂਬਰ ਨੂੰ ਵੀ ਸਮਝਾਈ ਇੱਕ ਗੱਲ ਸਮਝਾਈ ਇਕੱਲੇ ਸਮਝਾਈ ਹੈ ਮੈਂ ਉਹਨੂੰ ਕਿ ਔਰਤ ਸਭ ਕੁਝ ਸਹਿਣ ਕਰ ਸਕਦੀ ਹੈ ਆਪਣੇ ਮਾਇਕੇ ਦੀ ਬੁਰਾਈ ਮੂੰਹ ਤੇ ਉਹਨੂੰ ਨਾ ਬੋਲੋ ਖੁਸ਼ੀ ਜੀਵਨ ਦਾ ਇੱਕ ਸਫਲ ਇਹ ਇੱਕ ਉਹ ਵੇ ਰਹੱਸੇ ਵੀ ਹੈ ਇਹਨੂੰ ਐਕਸੈਪਟ ਕਰੋ ਕਿ ਔਰਤ ਦੇ ਮੂੰਹ ਤੇ ਉਹਦੇ ਮਾਇਕੇ ਦੀ ਬੁਰਾਈ ਬਿਲਕੁਲ ਨਾ ਕਰੋ ਪਰ ਜੇ ਇਸ ਤਰ੍ਹਾਂ ਦੇ ਤੁਹਾਡੇ ਤਿੰਨ ਬੱਚੇ ਨੇ ਇੰਨੀ ਅੱਛੀ ਫੈਮਲੀ ਹੈ ਇਨਫਲੂਐਂਸ ਹੋ ਰਹੀ ਹੈ ਪਰਿਵਾਰ ਟੁੱਟ ਰਹੇ ਆ ਉੱਥੇ ਰਿਸ਼ਤੇਦਾਰ ਦੀ ਐਂਟਰੀ ਬੰਦ ਕਰ ਦੇਣੀ ਚਾਹੀਦੀ ਤੁਹਾਡੀ ਸਭ ਤੋਂ ਪ੍ਰਾਇਓਰਿਟੀ ਸਟਰੈਂਥ ਹੈ ਲੈਂਬਰ ਨੂੰ ਸਮਝਾਇਆ ਕਿ ਤੂੰ ਬਹੁਤ ਅੱਛਾ ਕਰ ਸਕਦਾ ਹੈ ਤੂੰ ਇਹ ਜਿਹੜਾ ਇਹ ਲੋਕਾਂ ਦਾ ਸਪੋਰਟ ਮਿਲ ਰਿਹਾ ਇਹਨੂੰ ਪੋਜ਼ਿਟਿਵ ਵੇਜ ਆਪਣੇ ਪ੍ਰੋਫੈਸ਼ਨ ਵਿੱਚ ਲੈ ਕੇ ਜਾ ਆਪਣੇ ਪਰਿਵਾਰ ਉੱਤੇ ਨਾ ਲੈ ਕੇ ਉਹਨੇ ਐਗਰੀ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਉਹਨੇ ਮੇਰੇ ਪੈਰਾਂ ਨੂੰ ਹੱਥ ਲਗਾਇਆ ਕਿ ਤੁਸੀਂ ਐਜ਼ ਏ ਵੱਡੀ ਸਿਸਟਰ ਦੀ ਤਰ੍ਹਾਂ ਸਾਨੂੰ ਸਮਝਾਇਆ ਸਾਡਾ ਬੱਚਿਆਂ ਨੂੰ ਜਫੀ ਪਵਾਈ ਬੱਚਿਆਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਜੋ ਨਜ਼ਰ ਆ ਰਿਹਾ ਸੀ ਕਿ ਬੱਚੇ ਜੋ ਬੋਲ ਰਹੇ ਨੇ ਉਹ ਬੱਚਿਆਂ ਦਾ ਆਪਣਾ ਮਾਇੰਡ ਨਹੀਂ ਸੀ ਨਹੀਂ ਤੇ ਬੱਚਿਆਂ ਨੇ ਮੈਨੂੰ ਕੁਛ ਨਹੀਂ ਕਿਹਾ ਬੱਚਿਆਂ ਦਾ ਇੱਕੋ ਹੀ ਕੰਸਰਨ ਸੀ ਜੋ ਇੱਕ ਫਾਦਰ ਦਾ ਫਰਜ਼ ਹੈ ਬੱਚਿਆਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਹਰ ਮਾਂ ਪਿਓ ਇੱਕ ਸੁਪਨਾ ਦੇਖਦਾ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਕੁਛ ਬਣਨ ਉਹ ਕੰਸਰਨ ਨਜ਼ਰ ਆਇਆ ਲੈਂਬਰ ਦਾ ਮਾਂ ਪਿਓ ਦਾ ਫਰਜ਼ ਹੀ ਹੈ ਮਾਂ ਦਾ ਫਰਜ਼ ਹੀ ਹੈ ਕਿ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਰੋਕਣਾ ਟੋਕਣਾ ਟੈਨਸ਼ਨ ਕੀ ਸੀ ਕਿ ਰਿਲੇਟਿਵਸ ਦਾ ਕਿਉਂ ਇਨਫਲੂਐਂਸ ਕਰ ਰਹੇ ਸੀ ਕਿਤੇ ਨਾ ਕਿਤੇ ਤੁਸੀਂ ਸਮਝ ਰਹੇ ਹੋ ਇੰਡੀਅਨ ਫੈਮਿਲੀ ਵਿੱਚ ਜਦੋਂ ਛੋਟੀਆਂ ਗੱਲਾਂ ਸਿਸ ਵਾਈਫ ਅੱਜ ਕੱਲ ਦੀ ਔਰਤਾਂ ਛੋਟੀ ਛੋਟੀ ਗੱਲ ਮਾਵਾਂ ਨਾਲ ਭੈਣਾਂ ਨਾਲ ਕਰਨ ਲੱਗ ਜਾਂਦੀਆਂ ਨੇ ਨਾ ਉਹ ਛੋਟੀਆਂ ਗੱਲਾਂ ਵੱਡੀਆਂ ਬਣ ਜਾਂਦੀਆਂ ਨੇ ਮੈਂ ਪਰ ਹਲੇ ਸਾਲੀ ਚੌਧਰੀ ਹਲੇ ਵੀ ਸੈਟੀਸਫਾਈ ਨਹੀਂ ਲੱਗੀ ਮਤਲਬ ਨਹੀਂ ਲੱਗੀ ਤੇ ਸਾਲੀ ਨੂੰ ਆਪਾਂ ਬੈਂਟਰੀ ਬੈਂਸ ਕਰਦੀ ਕੀ ਕਰ ਲੇਗੀ ਸਾਲੀ ਨੂੰ ਫੜਕਾਤਾ ਆਪਾਂ ਸਾਲੀ ਕੋ ਨਹੀਂ ਕੋਈ ਸਾਲੀ ਨਹੀਂ ਤੁਹਾਨੂੰ ਨੇ ਕਿਹਾ ਲੈਂਬਰ ਰੋਂ ਦੀ ਵੱਟੇ ਜ਼ਰੂਰਤ ਨਹੀਂ ਸਾਲੀ ਦੀ ਮੈਂ ਕਿਹਾ ਤੂੰ ਆਪਣੇ ਘਰ ਤੈਨੂੰ ਕੋਈ ਸ਼ਿਕਾਇਤ ਹੈ ਕਿਤੇ ਸਾਡੇ ਨਾਲ ਮਾਰ ਕੁਟਾਈ ਕੀਤੀ ਸ਼ਿਕਾਇਤ ਹੈ ਤੂੰ ਆਪਣੀ ਅਲੱਗ ਤੋਂ ਕੰਪਲੇਨ ਦੇ ਪਰ ਤੇਰੀ ਇਹਨਾਂ ਦੀ ਜੀਵਨ ਵਿੱਚ ਕੋਈ ਹੋਣੀ ਨਹੀਂ ਉਹਦੀ ਵਾਈਫ ਨੂੰ ਸਮਝਾਤਾ ਉਹਦੀ ਵਾਈਫ ਦਾ ਥੋੜਾ ਜਿਹਾ ਦੇਖੋ ਇੱਕ ਅਟੈਚਮੈਂਟ ਭੈਣ ਭਰਾਵਾਂ ਨਾਲ ਮੈਂ ਵੀ ਨਹੀਂ ਚਾਹੁੰਦੀ ਛੁੱਟੇ ਮੇਰੇ ਵੀ ਮੈਂ ਵੀ ਇੱਕ ਪਰਿਵਾਰ ਵਾਲੀ ਹਾਂ ਨਹੀਂ ਵੀ ਛੁੱਟਦੀ ਵੀ ਨਹੀਂ ਅੱਛਾ ਨਹੀਂ ਛੁੱਟਾ ਸਕਦੇ ਪਰ ਮੈਂ ਲੈਂਬਰ ਨੂੰ ਵੀ ਇਸ ਚੀਜ਼ ਲਈ ਕਨਵਿੰਸ ਕੀਤਾ ਉਹਦੀ ਵਾਈਫ ਨੂੰ ਸ਼ੋਰਟੀ ਦਿੱਤੀ ਕਿ ਪਹਿਲੇ ਇਸ ਚੀਜ਼ ਨੂੰ ਆਪਣੇ ਘਰ ਵਾਲੇ ਸਿਸਟਮ ਨੂੰ ਠੀਕ ਕਰੋ ਇੱਕ ਦੂਜੇ ਦੇ ਕਰੀਬ ਆਓ ਆਪਣੇ ਬੱਚਿਆਂ ਦੇ ਬੈਸਟ ਫਿਊਚਰ ਨੂੰ ਦੇਖਦੇ ਹੋਏ ਅੱਗੇ ਵਧੋ ਇਹ ਬਹੁਤ ਬਾਹਰ ਦੀ ਤੁਹਾਡੀ ਪ੍ਰਾਇਓਰਿਟੀ ਇਸ ਟਾਈਮ ਇਹ ਨਹੀਂ ਹੈ ਇਹ ਜਿਹੜਾ ਭੈਣਾਂ ਨਾਲ ਕੰਸਰਨ ਹੈ ਇਹ ਵਾਪਿਸ ਆਏਗਾ ਤੁਸੀਂ ਫੋਨ ਤੇ ਗੱਲ ਕਰੋ ਪਰ ਐਂਟਰੀ ਘਰ ਵਿੱਚ ਨਹੀਂ ਆਉਣਾ ਜਾਣਾ ਹੋਏਗਾ ਐਗਰੀ ਕੀਤਾ ਖਤਮ ਕਰਤਾ ਖੁਸ਼ੀ ਹੈ ਕਿ ਚਲੋ ਇੱਕ ਪਰਿਵਾਰ ਟੁੱਟਣ ਤੋਂ ਬਚ ਗਿਆ ਸਾਡੀ ਇਹ ਕੋਸ਼ਿਸ਼ ਸੀ ਕਮਿਸ਼ਨ ਦੀ
ਵਿਦ ਮੀਡੀਆ ਸਪੋਰਟ, ਮੀਡੀਆ ਨੇ ਬਹੁਤ ਸਪੋਰਟ ਕੀਤਾ, ਬਟ ਚਲੋ ਇੱਕ ਥੋੜਾ ਜਿਹਾ ਕੰਸਰਨ ਸੀ ਕਿ ਬੱਚਿਆਂ ਦੇ ਵੀਡੀਓ ਨਾ ਪਾਏ ਜਾਣ, ਉਹ ਮੈਨੂੰ ਲੱਗਦਾ ਤੁਸੀਂ ਸਾਰੇ ਇਸ ਚੀਜ਼ ਨੂੰ ਸਮਝਦੇ ਹੋ, ਧਿਆਨ ਰੱਖੋਗੇ, ਧਿਆਨ ਰੱਖੋਗੇ ਮੈਮ। ਹੁਣ ਇੱਕ ਦੂਜੀ ਚੰਗੀ ਚੰਨੀ ਵਾਲਾ ਮਾਮਲੇ ਦੇ ਵਿੱਚ ਤੁਸੀਂ ਅੱਜ ਲੈਂਬਰ ਦੀ ਗੱਲ ਕਰੋ, ਉਹ ਹਾਲੇ ਮੇਰੇ ਕੋਲ ਰਿਪੋਰਟ ਨਹੀਂ ਆਈ, ਜਦੋਂ ਰਿਪੋਰਟ ਆਏਗੀ ਬਾਰ ਬਾਰ ਇੱਕੋ ਹੀ ਕੁਐਸਚਨ ਨੂੰ ਤੁਸੀਂ ਬਾਰ ਬਾਰ ਪੁੱਛ ਕੇ ਮੇਰੇ ਮੂੰਹ ਚ ਕੁਛ ਨਾ ਪਾਓ ਆਪਣੇ ਸਵਾਲ। ਜਦੋਂ ਰਿਪੋਰਟ ਪਲੀਜ਼, ਅੱਜ ਲੈਂਬਰ ਦੀ ਗੱਲ ਹੋ ਰਹੀ ਹੈ, ਆਪਾਂ ਲੈਂਬਰ ਦੀ ਹੀ ਗੱਲ ਕਰੀਏ, ਜਦੋਂ ਵੀ ਕੁਛ ਹੁੰਦਾ ਹੈ ਇੱਕ ਸਪੋਰਟਿਵ ਵੇ ਚ ਸਟਰੈਂਥ ਬਣੇ ਹੋਏ ਹੋ ਕਮਿਸ਼ਨ ਦੀ, ਔਰ ਸਟਰੈਂਥ ਬਣੇ ਰਹੋ। ਥੈਂਕ ਯੂ। ਬਟ ਇਹ ਸਵਾਲ ਸਾਡੇ ਵੱਲੋਂ ਨਹੀਂ ਹੈ, ਬੇਸਿਕਲੀ ਕਵਰ ਹੈ ਕਿ ਕਾਫੀ ਦਿਨ ਹੋ ਗਏ ਲੋਕਾਂ ਦਾ ਫੋਨ ਕਿਆ, ਸੀਐਮ ਸਾਹਿਬ ਦੇ ਫੋਨ ਦੀ, ਲੋਕਾਂ ਦਾ ਕੰਮ ਹੈ ਕਹਿਣਾ, ਕੁਛ ਤਾਂ ਲੋਕ ਕਹਿੰਗੇ, ਆਈ ਡੋਨਟ ਕੇਅਰ, ਜਦੋਂ ਆਏਗਾ ਜਵਾਬ ਤੁਹਾਨੂੰ ਦੇ ਦਿੱਤਾ ਜਾਏਗਾ, ਖਤਮ।